ਬਿਲਕੁਲ ਸਹੀ ਗੱਲ ਹੈ ਜੀ ਅੱਜ ਪੰਜਾਬ ਸਿਰਫ ਨਾਮ ਦਾ ਹੀ ਸੂਬਾ ਰਹਿ ਗਿਆ ਪਾਣੀਆਂ ਦੇ ਨਾਮ ਦਾ ਨਾ ਸਾਡਾ ਧਰਤੀ ਵਾਲਾ ਪਾਣੀ ਉਹ ਵੀ ਸਾਡੀ ਪਹੁੰਚ ਤੋਂ ਦੂਰ ਹੋ ਗਿਆ 80% ਤੋਂ ਉੱਪਰ ਸਾਡੇ ਜਿਹੜੇ ਜ਼ੋਨ ਨੇ ਉਹ ਡਾਰਕ ਜ਼ੋਨ ਚਲੇ ਗਏ ਤੇ ਨਾ ਹੀ ਸਾਡੇ ਦਰਿਆਵਾਂ ਦਾ ਪਾਣੀ ਉਹ ਸਾਡੇ ਕੋਲ ਬੱਚਿਆ ਅਕਸਰ ਜਦੋਂ ਅੰਮ੍ਰਿਤਸਰ ਜਾਈਦਾ ਹੈ ਅੰਮ੍ਰਿਤਸਰ ਸਾਹਿਬ ਜਾਈਦਾ ਜਾਂ ਜਲੰਧਰ ਵੱਲ ਜਾਈਦਾ ਜੇ ਤੁਸੀਂ ਅੰਮ੍ਰਿਤਸਰ ਸਾਹਿਬ ਜਾਣੇ ਤਾਂ ਦੋ ਦਰਿਆ ਕ੍ਰੋਸ ਕਰਨੇ ਪੈਂਦੇ ਆ ਸਤਲੁਜ ਤੇ ਬਿਆਸ ਤੁਸੀਂ ਦੇਖੋਗੇ ਕਿ ਸਤਲੁਜ ਦੇ ਵਿੱਚ ਮੈਂ ਉੱਥੇ ਜਿਸ ਵੇਲੇ ਐਸਵਾਈਐਲ ਦੀ ਮੀਟਿੰਗ ਸੀ ਮੁੱਖ ਮੰਤਰੀਆਂ ਦੀ ਪੰਜਾਬ ਹਰਿਆਣਾ ਦੀ ਕੇਂਦਰ ਵੀ ਨਾਲ ਬੈਠਾ ਸੀ ਮੈਂ ਉੱਥੇ ਗੱਲ ਕਹੀ ਵੀ ਸੀ ਕਿ ਆਜੋ ਹੈਲੀਕਾਪਟਰ ਤੇ ਬਿਠਾਉਨੇ ਆ ਤੁਹਾਨੂੰ ਸਤਲੁਜ ਦੇ ਉੱਪਰ ਦੀ ਤੁਹਾਨੂੰ ਨੰਗਲ ਤੋਂ ਲੈ ਕੇ ਫਾਜ਼ਲਗਾ ਤੱਕ ਲੈ ਜਾਂਦੇ ਆ ਜੇ ਕਿਸੇ ਪਾਸੇ ਵੀ ਤੁਹਾਨੂੰ ਦਰਿਆ ਲੱਗਦਾ ਹੈ ਤੁਸੀਂ ਸਾਨੂੰ ਗੱਲ ਕਹਿ ਦਿਓ ਉਹ ਤਾਂ ਇੱਕ ਨਾਲਾ ਬਣ ਗਿਆ ਜੀ ਉਹਦੇ ਚੋਂ ਪਾਣੀ ਮੰਗੀ ਜਾਂਦੇ ਆ ਸਾ ਤੋਂ ਹੈ ਹੀ ਨਹੀਂ ਜੋ ਜੀ ਸਾਡੇ ਕੋਲ ਹੈ ਨਹੀਂ ਅਸੀਂ ਕਿੱਥੋਂ ਦੇ ਦਈਏ ਹਰਿਆਣੇ ਨੂੰ ਪਾਣੀ ਮਿਲਣਾ ਚਾਹੀਦਾ ਅਸੀਂ ਇਹਦੇ ਹੱਕਦਾਰ ਆ ਅਸੀਂ ਇਹਦੇ ਹੱਕਚ ਪਰ ਬਈ ਇਹ ਇਧਰੋਂ ਲਿਓ ਯਮਨਾ S Y L ਦੀ ਜਗ੍ਹਾ B Y L ਬਣਾ ਲਓ ਹੁਣ ਤਾਂ ਚੰਤੇ ਚੰਤੇ ਵੀ ਨਹਿਰਾਂ ਬਣਾਉਣ ਨੂੰ ਫਿਰਦੇ ਹੁਣ ਤਾਂ ਗ੍ਰੈਵਿਟੀ ਦਾ ਕੋਈ ਇਸ਼ੂ ਨਹੀਂ ਰਿਹਾ ਕਿ ਉਧਰ ਨੂੰ ਜਾਂਦਾ ਨਹੀਂ ਪਾਣੀ ਜੇ ਜਮਨਾ ਚੋਂ ਸਾਧਾ ਨੂੰ ਜਾ ਸਕਦਾ ਹੈ ਤਾਂ ਜਮਨਾ ਚੋਂ ਸਤਲੁਜ ਵੱਲ ਨੂੰ ਕਿਉਂ ਨਹੀਂ ਆ ਸਕਦਾ ਬਾਇਆ ਹਰਿਆਣਾ ਸਾਰੇ ਰਹਿਣ ਨੂੰ ਦੇ ਦੋ ਜਿੰਨਾ ਪੰਜ ਪਾਣੀ ਮੈਂ ਕਿਹਾ ਸੀ ਗੱਲ ਏ ਹੁਣ ਵੀ ਹਜੇ ਜੇ ਬੈਠ ਕਹੂਗੀ ਤਾਂ ਅਸੀਂ ਪੰਜਾਬ ਦਾ ਪੱਖ ਰੱਖਾਂਗੇ ਆ ਉਤੋਂ ਕਾਂਗਰਸੀਆਂ ਨੇ ਨਵਾਂ ਸਿਆਪਾ ਛੇੜਤਾ ਜੀ ਉਹਨਾਂ ਦੀ ਸਰਕਾਰ ਨਵੀਂ-ਨਵੀਂ ਬਣੀ ਹੈ ਉਹ ਕਹਿੰਦੇ ਜੀ ਇਹ ਹਜਾ ਬੇਲ ਲਿਆਉਣ ਵਾਸਤੇ ਬਹੁਤ ਦਿਲ ਚਾਹੀਦਾ ਹੈ ਤੇ ਦਿਲਸ ਅਸੀਂ ਅੱਜ ਬਹੁਤ ਦਲੇਰ ਦਲੇਰੀ ਦਿਖਾਈ ਐ ਸ਼ਰਮ ਨਹੀਂ ਆਉਂਦੀ ਮਤਲਬ ਆਪਦੇ ਹੀ ਇੱਕ ਵੱਡੇ ਭਾਈ ਤੋਂ ਲਾ ਲੋ ਹੱਕ ਖੋਣ ਲਈ ਕੋਈ ਬੇਲੇ ਹੁਣਾ ਦਲੇਰੀ ਐ ਉਹ ਕਿੱਧਰ ਗਈ ਤੇਲੇ ਰ ਹੋਣਾ ਇੱਕ ਤਾਂ ਹਿਮਾਚਲ ਦੇ ਪਰਿਵਾਰੀ ਐ ਉਹ ਚ ਹਿਮਾਚਲ ਜਾਂਦਾ ਰਹਿੰਦਾ ਉਹਨੂੰ ਪੁੱਛੋ ਵੀ ਉਦੋਂ ਸਲਾਹ ਕੀਤੀ ਸੀ ਕਾਂਗਰਸ ਵਾਲੇ ਤਾਂ ਪੰਜਾਬ ਦਾ ਰਾਖਾ ਕਹਿੰਦੇ ਹੁੰਦੇ ਸੀ ਜਿਹੜਾ ਇੱਥੇ ਬੈਠਾ ਹੁੰਦਾ ਸੀ ਪੰਜਾਬ ਦਾ ਰਾਖਾ ਪਾਣੀਆਂ ਦਾ ਰਾਖਾ ਉਹ ਪਾਣੀਆਂ ਦੇ ਰਾਖੇ ਨੇ ਇਸ ਵਿਧਾਨ ਸਭਾ ਚ ਬਿੱਲ ਪੇਸ਼ ਕਰਤਾ ਹਰਿਆਣੇ ਦੀ ਇਲੈਕਸ਼ਨ ਆਉਣੀ ਸੀ ਉੱਪਰ ਮਨਮੋਹਨ ਸਿੰਘ ਦੀ ਸਰਕਾਰ ਸੀ ਇੱਥੇ ਤਾਂ ਪੇਸ਼ ਕਰਤਾ ਪੰਜਾਬ ਦਾ ਰਾਖਾ ਪੰਜਾਬ ਦਾ ਰਾਖਾ ਬੋਰਡ ਬੂਡ ਵੀ ਲਾਤੇ ਸੈਂਟਰ ਸਰਕਾਰ ਨੇ ਉਹੀ ਬਿੱਲ ਚਾਕੇ ਰਾਸ਼ਟਰਪਤੀ ਨੂੰ ਭੇਜਤਾ ਰਾਸ਼ਟਰਪਤੀ ਨੇ ਸਲਾਮ ਮੰਗਣ ਵਾਸਤੇ ਸੁਪਰੀਮ ਕੋਰਟ ਨੂੰ ਭੇਜਤਾ ਉਹੀ ਉਹੀ ਕੇਸ ਹੈ ਜੀ ਜੇ ਰਾਸ਼ਟਰਪਤੀ ਨੂੰ ਭੇਜ ਦੇ ਰਾਸ਼ਟਰਪਤੀ ਨੂੰ ਕਹਿੰਦੇ ਸਲਾਹ ਦਿਓ ਇਹ ਤੇ ਰਾਜਪਾਲ ਨੇ ਤਾਂ ਸਾਈਨ ਕਰਤੇ ਸੀ ਬਣ ਜਾਂਦਾ ਐਕਟ ਉਹੀ ਕੇਸ ਆ ਜਿਹੜਾ ਲੜ ਰਹੇ ਹੁਣ ਆਪਾਂ ਰਾਸ਼ਟਰਪਤੀ ਨੇ ਸਲਾਹ ਮੰਗੀ ਸੁਪਰੀਮ ਕੋਰਟ ਨੇ 18 19 20 ਸਾਲਾਂ ਸਾਲਾਂ ਬਾਅਦ ਸਲਾਹ ਦਿੱਤੀ ਬੈਠ ਕੇ ਗੱਲ ਕਰ ਲੋ ਇੰਨੀ ਸਲਾਹ ਚੱਲਸ ਉਹ ਬੈਠ ਕੇ ਗੱਲ ਕਰਦੇ ਆ ਜੀ ਨਿਬੜਦੀ ਨਹੀਂ ਉਹ ਸੋ ਮਤਲਬ ਇਹਨਾਂ ਨੇ ਆਪ ਹੀ ਆਪ ਹੀ ਪਾਸ ਕੀਤਾ ਆਪ ਹੀ ਫਸਾਇਆ ਉਹਨੂੰ ਉਸੇ ਬਿੱਲ ਨੂੰ ਇਹਨਾਂ ਦੇ ਕਿੰਨੇ ਕਚਿਹਰੇ ਨੇ ਮੈਨੂੰ ਸਮਝ ਨਹੀਂ ਆਉਂਦੀ ਜੀ ਕਾਂਗਰਸ ਹੁਣ ਆ ਗਿਆ ਜੀ ਹਿਮਾਚਲ ਵਾਲਾ ਕਹਿੰਦੇ ਜੀ ਅਕੇ ਸਾਨੂੰ ਤਾਂ ਜਿਹੜਾ ਪਾਣੀ ਬਣਾਉਨੇ ਹੋ ਤੁਸੀਂ ਵੀ ਸਾਨੂੰ ਤਾਂ ਪੈਸੇ ਦਿਆ ਕਰੋ ਸੈਸ ਲਾਵਾਂਗੇ ਨਹੀਂ ਉਹ ਕਰੰਟ ਵਾਲਾ ਪਾਣੀ ਦਿੰਦੇ ਆ ਜੀ ਸਾਨੂੰ ਵੀ ਇੱਥੇ ਅਸੀਂ ਉਹਨੂੰ ਰੋਕ ਕੇ ਉਹ ਚ ਪਾਣੀ ਚੋਂ ਕਰੰਟ ਕੱਢ ਲੈਣੇ ਆ ਬਿਜਲੀ ਕੱਢ ਲੈਣੇ ਤੇ ਫਿਰ ਉਹਨੂੰ ਬਿਜਲੀ ਨਾਲ ਅਸੀਂ ਜਿਵੇਂ ਪਹਿਲਾਂ ਕਾਮਰੇਡਾਂ ਨੇ ਇੱਕ ਵਾਰੀ ਗੱਲ ਚਲਾਈ ਸੀ ਹਾਂ ਕਿ ਫੋਕਾ ਪਾਣੀ ਹੈ ਜੀ ਪਾਖੜਾ ਆਲਾ ਤਾਂ ਇਹ ਚੋਂ ਪਾਣੀ ਤਾਂ ਕੱਢ ਲਿਆ ਇਹਨੂੰ ਲਾਇਓ ਨਾ ਇਹ ਮੈਨੂੰ ਲੱਗਦਾ ਕਿਸੇ ਨੂੰ ਉੱਥੇ ਡਿਪਟੀ ਮੁੱਖ ਮੰਤਰੀ ਨੂੰ ਕਿਸੇ ਨੇ ਗੱਲ ਕਹੀ ਤੇ ਉਹਨੂੰ ਵੀ ਆਪਣੇ ਵਾਲਾ ਪਾਣੀ ਜਿਹੜਾ ਉਹ ਮੇਨ ਹੁੰਦਾ ਜੀ ਉੱਥੇ ਜਾ ਕੇ ਫਿਰ ਪਾਣੀ ਕੱਢ ਲੈਂਦੇ ਨੇ ਉਹ ਚੋਂ ਤੋਂ ਕਾਂਗਰਸ ਵਾਲੇ ਨੇ ਬੁਖਲਾਏ ਪਏ ਨੇ ਮਸਾਂ ਗਵਰਨਮੈਂਟ ਬਣੀ ਹੈ ਕਿਤੇ ਚਲੋ ਕੰਦੀ ਲਿਆਓ ਬਿੱਲ ਲੈ ਕੇ ਹਾਸ ਹੋਈਆਂ ਗੱਲਾਂ ਕਰਦੇ ਨੇ ਜੀ ਬੇਤੁਕਾ ਇਹ ਸੱਸ ਹੈ ਤਾਂ ਸਾਰੀਆਂ ਸਟੇਟਾਂ 'ਚ ਰੌਲਾ ਪੈ ਜੂਗਾ ਕੋਈ ਵੀ ਸੇਟ ਕਹੋਗੇ ਮੈਂ ਨਹੀਂ ਪਾਣੀ ਦਿੰਦਾ ਮੈਂ ਤਾਂ ਮੇਰਾ ਮੇਰਾ ਪਾਣੀ ਜਿਹੜਾ ਲੈਣੇ ਉਹਦੇ ਪੈਸੇ ਦਿਓ ਕਮਾਲ ਹੈ ਜੀ ਰਾਜਸਥਾਨ ਨੂੰ ਅਸੀਂ ਪਾਣੀ ਦੇ ਰਹੇ ਹਾਂ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਉਸ ਚੋ ਜਿਹੜੀ ਨਹਿਰਾ ਬਣੀਆਂ ਨੇ ਪੰਜਾਬ ਦੀ ਪਾਣੀ ਜਾਂਦਾ ਜੀ ਹਰਿਆਣਾ ਕਹਿੰਦਾ ਸਾਨੂੰ ਪਾਣੀ ਦਿਓ ਹਿਮਾਚਲ ਵਾਲੇ ਕਹਿਣ ਲੱਗੇ ਸਾਨੂੰ ਦਿਓ ਉੱਤੋਂ ਕੋਲੇ ਵਾਲੇ ਕਹਿੰਦੇ ਨੇ শ্রীলਾਂਕਾ ਦੇ ਉੱਤੋਂ ਦੀ ਆਓ ਪੰਜਾਬ ਨੂੰ ਸਮਝਿਆ ਕੀ ਹੋਇਆ ਇਹਨਾਂ ਨੇ ਝਾਰੇ ਪਾਸੋਂ ਪੈ ਨਿਕਲੇ ਜੀ ਨੋਚਣ ਨੂੰ ਸੋ ਇਹ ਪੰਜਾਬ ਨਾਲ ਬਿਲਕੁਲ ਧੱਕੇਸ਼ਾਹੀ ਹੈ ਬਧੇਰਾ ਬੋਲਦੇ ਆਂ ਲੋਕ ਸਭਾ ਚ ਬੋਲੇ ਰਾਜ ਸਭਾ ਚ ਬੋਲੇ ਆਂ ਝਾਕੀਆਂ ਖਤਮ ਕਰ ਦਿੰਦੇ ਆ ਸਾਡਿਆਂ 26 ਜਨਵਰੀ ਦੀ ਪ੍ਰੇਡ ਚੋਂ ਜੀਐਸਟੀ ਦਾ ਹਿੱਸਾ ਸਾਨੂੰ ਨਹੀਂ ਦਿੰਦੇ ਹੁਣਾਂ ਨਵਾਂ ਸੈਸ ਜਿਹੜਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਵੀ ਆਡਿਅੰਸ ਆਰਡੀਨੈਂਸ ਰਾਈ ਇਹ ਗਲਤ ਹੈ ਇਹਦੇ ਵਾਸਤੇ ਮੈਂ মিডিਆ ਵਾਲੇ ਬੈਠੇ ਨੇ ਵੀਰ ਚਲੋ ਸਾਡੇ ਨਾਲ ਤਾਂ ਅੱਖਾਂ ਚੱਖਾਂ ਪਾ ਕੇ ਗੱਲ ਨਹੀਂ ਕਰਦੇ ਤੁਹਾਡੇ ਕੋਲ ਤਾਂ ਆਉਂਦੇ ਰਹਿੰਦੇ ਨੇ ਕਾਂਗਰਸ ਵਾਲੇ ਉਹਨਾਂ ਨੂੰ ਕਿਰਪਾ ਕਰਕੇ ਸਵਾਲ ਜ਼ਰੂਰ ਪੁੱਛਿਓ ਵੀ ਇਹਦੇ ਬਾਰੇ ਕੀ ਕਹੋਗੇ ਜਿਹੜਾ ਹਿਮਾਚਲ ਤੁਸੀਂ ਪਾਣੀ ਦੀ ਰਾਖੀ ਕਰਦੇ ਹੋ ਪੰਜਾਬ ਦੇ ਪਾਣੀ ਦੇ ਹੱਕ ਮਾਰ ਕੇ ਹਿਮਾਚਲ ਚ ਵੀ ਪਾਣੀ ਦੇ ਰਾਖੇ ਕਹਾਂਗੇ ਇੱਥੇ ਵੀ ਕਹਾਂਗੇ ਇਹ ਜ਼ਰੂਰ ਪੁੱਛ ਲਿਓ ਉਹਨਾਂ ਨੂੰ ਕਿ ਜੇ ਅੱਜ ਮਤਾ ਪਾਸ ਹੋਇਆ ਉਦੋਂ ਤੁਸੀਂ ਹੈ ਨਹੀਂ ਸੀ ਉਹ ਅਕਸਰ ਨਹੀਂ ਹੁੰਦੇ ਜਦੋਂ ਜਵਾਬ ਜੂਬ ਲੈਣਾ ਹੋਵੇ ਉਹ ਨਹੀਂ ਹੁੰਦੇ ਮੈਂ ਜਾਣਦਾ ਇਹਨਾਂ ਨੂੰ ਮੈਂ ਅੱਜ ਤੋਂ ਨਹੀਂ ਜਾਣਦਾ ਮਤਲਬ ਲੋਕ ਸਭਾ ਵੇਲੇ ਜਾਣਦਾ ਜਦੋਂ ਇਹਨਾਂ ਨੇ ਮਤਲਬ ਕੋਈ ਜਵਾਬ ਦੇਣਾ ਪੈ ਜਾ ਉਹ ਤੁਰ ਪੈਂਦੇ ਨੇ ਉਹ ਚਲੋ ਚੱਲੀਏ ਚਲੋ ਚੱਲੀਏ ਇਹ ਇਦਾਂ ਨਹੀਂ ਚੱਲਣਾ ਕਬੂਤਰ ਦੇ ਅੱਖਾਂ ਵਿੱਚ ਚੜਨਾ ਬਿੱਲੀ ਨਹੀਂ ਭਜਦੀ ਪੰਜਾਬ ਦੇ ਸਾਹਮਣੇ ਦਰਪੇਸ਼ ਜਿਹੜੇ ਮਸਲੇ ਨੇ ਉਹਨਾਂ ਨੂੰ ਅਸੀਂ ਹੱਲ ਕਰਾਂਗੇ ਅਸੀਂ ਇਹਨਾਂ ਵਾਂਗੂ ਭਜਦੇ ਨਹੀਂ ਹੈਗੇ ਜਿਸ ਤਰ੍ਹਾਂ ਤੁਸੀਂ ਕਹੇ ਕਿ ਤੁਸੀਂ ਵੀ ਆਪੋਜੀਸ਼ਨ ਵਿੱਚ ਰਹੇ ਹੋ ਵਿਰੋਧ ਕਰ ਕਰੋ ਬਾਈਕਾਟ ਵੀ ਦਰਜ ਕਰਾਓ ਬਾਕਆਊਟ ਵੀ ਦਰਜ ਕਰਾਓ ਤੇ ਬਾਅਦ ਚ ਆ ਕੇ ਮਸਲੇ ਤਾਂ ਉਠਾਓ ਨਾ ਮੈਨੂੰ ਅੱਜ ਸਵੇਰ ਤੇ ਪਤਾ ਸੀਗਾ ਵੀ ਆਉਣਗੇ ਨਾਰੇ ਲਾਉਣਗੇ ਤੇ ਚਲੇ ਜਾਣਗੇ ਚਲੇਗੇ ਜੇ ਇੱਕ ਦਿਨ ਬੋਲਣ ਦਾ ਟਾਈਮ ਮਿਲਣਾ ਹੁੰਦਾ ਉਹ ਉੱਥੇ ਬੈਠਾ ਹੁੰਦਾ ਉਹਨਾਂ ਨੂੰ ਵੀ ਨਾਲ ਲੱਗੇ ਕੁਝ ਗਰੀਮਾਰ ਹੋ ਗਿਆ ਅੱਜ ਉਹਨਾਂ ਦੀ ਨਹੀਂ ਬੋਲ ਲੈਂਦੇ ਭਗਤ ਸਿੰਘ ਜੀ ਤੇ ਬੋਲ ਲੈਂਦੇ ਫਿਰ ਪਿਛਲੀ ਵਾਰ ਸਹੀ ਨਹੀਂ ਦੱਸ ਸਕੇ ਸੀ ਜਨਮ ਦਿਨ ਐ ਇਸ ਵਾਰ ਯਾਦ ਕਰਕੇ ਆਏ ਹੋਣੇ ਕੁਛ ਨਾ ਕੁਛ ਉਹ ਵੀ ਵਿਚਾਰੇ ਨਾਲ ਹੀ ਚਲੇਗਾ ਮੈਂ ਕੀ ਕਰਾਂ ਕਹਿੰਦੇ ਸੋ ਇਸ ਕਰਕੇ ਕਾਂਗਰਸ ਦੇ 2 3 ਨਹੀਂ 5 7 ਚਿਹਰੇ ਨੇ ਇੱਥੇ ਹੋਰ ਹੈ ਹਿਮਾਚਲ ਚ ਹੋਰ ਹੈ ਦਿੱਲੀ ਚ ਹੋਰ ਹੈ ਜਿੱਥੇ ਜਾਓਗੇ ਦਾ ਚਿਹਰਾ ਇਹਨਾਂ ਦਾ ਲੱਗਾ ਹੈ ਇਹਨਾਂ ਦਾ ਚਿਹਰਾ ਲੱਗਾ ਹੈ ਇਹ ਕੋਈ ਭਾਰਤ ਜੋੜੋ ਨਹੀਂ ਜਿਸ ਤਰ੍ਹਾਂ ਮਨਜੀ ਨੇ ਕਿਹਾ ਇਹ ਭਾਰਤ ਤੋੜੋ ਵਾਲੀਆਂ ਗੱਲਾਂ ਨੇ ਠੀਕ ਹੈ ਨਾ ਸੁਇਜ਼ ਦੇ ਅਸੀਂ ਸਖਤ ਵਿਰੋਧ ਕਰਦੇ ਆਂ ਜਿਸ ਤਰ੍ਹਾਂ ਮੀਤ ਹੇਰ ਨੇ ਤਾਂ ਪੰਜੀ ਕਹਿਤਾ ਅਸੀਂ ਇਹ ਮੈਂ ਪੰਜੀ ਨੂੰ ਵੀ ਘਟਾ ਕੇ ਅਸੀਂ ਦੁਆਨੀ ਨਹੀਂ ਦਿੰਦੇ ਅਸੀਂ ਇਹਨਾਂ ਨੂੰ ਹਾਂਜੀ ਸਾਡਾ ਪਾਣੀ ਹੈ ਜੀ ਪੰਜਾਬ ਦਾ ਪਾਣੀ ਹੈ ਪੰਜਾਬ ਦਾ ਹੱਕ ਹੈ ਉਹ ਤੇ ਤੇ ਪੰਜਾਬ ਦੇ ਪਾਣੀਆਂ ਤੇ ਬੁਰੀ ਨਜ਼ਰ ਨਾ ਰੱਖੋ ਅਸੀਂ ਦੇਸ਼ ਦਾ ਢਿੱਡ ਪਰ ਰਹੇ ਆਂ ਆਪਦੀ ਧਰਤੀ ਖਰਾਬ ਕਰ ਲਈ 1 ਕਿਲੋ ਚੌਲ ਪੈਦਾ ਕਰਨ ਵਾਸਤੇ 3800 ਲੀਟਰ ਪਾਣੀ ਲੱਗਦਾ ਜੀ ਜਦ ਕਿ ਚੌਲ ਸਾਡੀ ਖੁਰਾਕ ਦਾ ਹਿੱਸਾ ਨਹੀਂ ਹੈਗੇ ਤੇ ਸਾਥੋਂ ਕੰਮ ਲੈ ਲਿਆ ਸੈਂਟਰ ਨੇ ਐਫਸੀਆਈ ਨੇ ਹੁਣ ਕਹਿੰਦੇ ਹੁਣ ਕਹਿੰਦੇ ਵੀ ਕਿ ਸਾਨੂੰ ਚੌਲਾਂ ਦੀ ਲੋੜ ਨਹੀਂ ਹੈਗੀ ਤੁਸੀਂ ਵੀ ਜਿਆ ਨਾ ਕਰੋ ਮਤਲਬ ਜਿਵੇਂ ਆਪਾਂ ਪੰਜਾਬੀ ਚ ਮਾਲ ਵੇਚ ਕਹਿੰਦੇ ਆ ਜੀ ਕਿ ਮੌਲੇ ਵਾਲੇ ਤੋਂ ਕੰਮ ਲੈ ਕੇ ਛੱਡਣ ਦਾ ਬਰਾਬਰ ਹੋ ਗਿਆ ਸਾਥੋਂ ਕੰਮ ਲੈ ਲਿਆ ਹੁਣ ਛੱਡ ਦਿਓ ਇਹਨੂੰ ਤੁਹਾਡੇ ਹਲਕੇ ਦੇ ਲੋਕ ਮਿਲੇ ਜੀ ਬਾਜੇਖਾਨੇ ਦੇ ਬਾਜਾਖਾਨਾ ਤਾਂ ਤੁਹਾਡੇ ਬਹੁਤ ਉਪਜਾਊ ਧਰਤੀ ਹੈ ਤੁਹਾਡੇ ਪੈਰਲਲ ਹੀ ਪੈ ਜਾਂਦਾ ਕੋਟ ਕਪੂਰੇ ਦੇ ਨੇੜੇ ਜੀ ਬਾਜੇਖਾਨੇ ਦੇ ਲੋਕ ਮੈਨੂੰ ਕਹਿੰਦੇ ਐਸ ਵਾਰ ਕਹਿੰਦੇ ਸਾਨੂੰ ਖੁਸ਼ੀ ਹੈ ਮੈਂ ਕਹਾਦੀ ਕਹਿੰਦੇ ਸਾਡੀਆਂ ਟੇਲਾਂ ਤੇ ਪਾਣੀ ਆਊਗਾ ਮੈਂ ਕਹਾ ਬਾਜਾਖਾਨਾ ਟੇਲ ਤੇ ਹਾਂ ਜੀ ਕਹਿੰਦੇ ਟੇਲਾਂ ਅਸੀਂ ਸਪੀਕਰ ਸਾਹਿਬ ਬਾਜੇਖਾਨੇ ਨੂੰ ਟੇਲ ਕਹਿਣ ਲੱਗ ਗਏ ਉਹ ਵਿਚਾਲੇ ਆ ਪੰਜਾਬ ਦੇ ਕਿੰਨਾ ਪੰਜਾਬ ਹਜੇ ਬਾ ਹਾਂ ਫਾਜ਼ਿਲਕਾ ਵਾਲੇ ਜਲਾਲਾਬਾਦ ਵਾਲੇ ਮਮਦੋਟ ਵਾਲੇ ਅਬੋਰ ਵਾਲੇ ਕਹਿ ਲੈਣ ਅਸੀਂ ਟੇਲਾਂ ਵੀ ਚਲੋ ਹਾਂ ਪੰਜਾਬ ਰਾਜਸਥਾਨ ਤੇ ਪਾਕਿਸਤਾਨ ਦੀ ਹੱਦ ਤੇ ਹੈਗੇ ਨੇ ਟੇਲ ਆ ਵਾਜਾਖਾਨਾ ਟੇਲ ਹੈ ਜੀ ਇੱਥੋਂ ਕੀ ਸਿੱਧ ਹੁੰਦਾ ਜਨਾ ਕਿ ਸਾਡੇ ਕੋਲ ਪਾਣੀ ਹੈ ਸਾਡੇ ਕੋਲੇ ਪਾਣੀ ਹੈ ਨਹੀਂ ਅਸੀਂ ਅੱਧਾ ਪੰਜਾਬ ਨੂੰ ਤਾਂ ਟੇਲ ਮੰਨਣ ਲੱਗ ਗਏ ਜੀ ਫਿਰ ਸ਼ਰੀਰ ਕਿੱਥੇ ਆ ਜੇ ਟੇਲ ਹੈ ਸਾਰੀ ਉਹ ਸ਼ਰੀਰ ਸਾਡਾ ਪਾਣੀ ਹੈ ਸੋ ਸਾਡੇ ਗੁਰੂਆਂ ਨੇ ਸਾਨੂੰ ਪਾਣੀ ਸਾਂਭਣ ਦੀ ਬਾਣੀ ਦਿੱਤੀ ਹੈ ਸੋ ਇਸ ਕਰਕੇ ਟੈਕਨੀਕਲੀ ਅਮਨ ਅਰੋੜਾ ਜੀ ਨੇ ਥਾਰਾ ਕੁਝ ਦੱਸਤਾ ਪੇਰੀਅਨ ਲਾਅ ਮੁਤਾਬਕ ਜਾਂ ਜਿਹੜੇ 1956 ਦੇ ਲਾਅ ਨੇ ਉਹਦੇ ਮੁਤਾਬਕ ਅਸੀਂ ਸਹੀ ਆ 1964 ਜਿਹੜੀ ਵੰਡ ਹੋਈ ਉਹਦੇ ਮੁਤਾਬਕ ਵੀ ਅਸੀਂ ਸਹੀ ਆ ਇਹ ਵੈਸੀ ਜਿਵੇਂ ਦੋ ਭਾਈ ਅੱਡ ਹੋਏ ਹੋਣ ਇੱਕ ਭਾਈ ਮਿਹਨਤ ਕਰਕੇ ਕੋਈ ਕਾਰਕੂਰ ਲੈ ਲੈ ਦੂਜਾ ਲੜਨ ਲੱਗ ਜਾਂਦਾ ਕਹਿੰਦਾ ਦਵਾਰੇ ਵੰਡੋ ਆ ਮਿਹਨਤ ਨਹੀਂ ਕਰਦਾ ਉਹ ਉਹ ਕਹਿੰਦੇ ਦੁਆਰੇ ਬੰਡੋ ਇਹਨੇ ਕਾਰ ਕਿਵੇਂ ਲੈ ਲਈ ਤਾਂ ਪਹਿਲਾਂ ਕੱਠ ਦੇ ਵਿੱਚ ਜਾਂ ਸਾਂਝੇ ਪਰਿਵਾਰ ਦੇ ਵਿੱਚ ਕੁੰਡੀ ਲਾਉਂਦਾ ਰਹੇ ਨੇ ਇਹਨੇ ਪੈਸੇ ਕਿਤੇ ਦੂਧਰ ਸਾਫ ਕੀਤਾ ਆ ਗੱਲਾਂ ਨੇ ਸੋ ਅਸੀਂ ਆਪਦਾ ਪਾਣੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਧਰਤੀ ਵਾਲਾ ਵੀ دریاਵਾਂ ਵਾਲਾ ਵੀ ਅਸੀਂ ਝੋਨਾ ਜਿਹੜਾ ਉਹਦਾ ਬਦਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਚਲੋ ਕੋਈ ਨਹੀਂ ਅਸੀਂ ਕੋਈ ਹੋਰ ਫਸਲਾਂ ਬੀਜ ਲਾਂਗੇ ਅਸੀਂ ਸਾਡੇ ਕਿਸਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਦੁਕਾਨਦਾਰੀ ਅਸੀਂ ਵਪਾਰ ਉਹਨੂੰ ਅਸੀਂ ਲਈ ਤੇ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਹਰ ਰੋ ਸਾਨੂੰ ਕੋਈ ਨਾ ਕੋਈ ਹਿਆਸਿਆ ਪਾਪਾ ਆਉਂਦੇ ਨੇ ਕਿ ਸਾਡਾ ਧਿਆਨ ਡਾਇਵਰਟ ਹੋ ਜੇ ਇਹਦੇ ਨਾਲ ਤਾਂ ਖੁਸ਼ ਹੋਣਗੇ ਜੀ ਸੈਂਟਰ ਵਾਲੇ ਤਾਂ ਵੀ ਪਹਿਲਾਂ ਹਰਿਆਣੇ ਨਾਲ ਲੜੀ ਜਾਂਦੇ ਨੇ ਹੁਣ ਹਿਮਾਚਲ ਨਾਲ ਪੈ ਗਿਆ ਪੰਗਾ ਤੇ ਲੜੀ ਜਾਣਗੇ ਤਾਂ ਅਪੱਚੀ ਲੜਾਈ ਜਾਂਦੇ ਸਾਨੂੰ ਸੋ ਅਸੀਂ ਬੇਨਤੀ ਕਰਦੇ ਆਂ ਹਿਮਾਚਲ ਗਵਰਨਮੈਂਟ ਨੂੰ ਕਿ ਹਿਆਜਾ ਕੁਝ ਨਾ ਕਰੋ ਜਿਹਦੇ ਨਾਲ ਸਟੇਟਾਂ ਦਾ ਰੌਲਾ ਪੈਂਦਾ ਹੋਵੇ ਰਾਜਾਂ ਦਾ ਰੌਲਾ ਪੈਂਦਾ ਹੋਵੇ ਤੇ ਫਿਰ ਤੁਸੀਂ ਉੱਥੇ ਜਾ ਕੇ ਲੋਕ ਸਭਾ ਚ ਫੈਡਰਲ ਸਟਰਕਚਰ ਬਾਰੇ ਕਿਹੜੇ ਮੂੰਹ ਨਾ ਬੋਲੋਗੇ ਜੇ ਤੁਸੀਂ ਇਹੋ ਜਿਹਾ ਕੁਝ ਆਪ ਕਰੋਗੇ ਉੱਥੇ ਜਾ ਕੇ ਫੈਡਰਲ ਸਟਰਕਚਰ ਤੇ ਬੋਲਣ ਲੱਗੇ ਜਾਂ ਸੰਗੀਟਾ ਅੱਛੇ ਬਾਰੇ ਬੋਲਣ ਲੱਗ ਜੰਦੇ ਨੇ ਰਾਜਾਂ ਦੇ ਹੱਕ ਖੋਣਿਓ ਜੀ ਤੇ ਫੇਰ ਆ ਸਾਡੇ ਆਪ ਨਹੀਂ ਖੋਂਦੇ ਸੋ ਇਸ ਕਰਕੇ ਸਪੀਕਰ ਸਾਹਿਬ ਇਹ ਜਿਹੜਾ ਮਤਾ ਲਿਆਂਦਾ ਹੈ ਕਿ ਅਸੀਂ ਇਹਦੀ ਨਿੰਦਾ ਕਰਦੇ ਹਾਂ ਇਸ ਮਤਾ ਇਹ ਮਤਾ ਜਿਹੜਾ ਹੈ ਪੰਜਾਬ ਵੱਲੋਂ ਪਾਸ ਕੀਤਾ ਜਾਵੇ ਮੰਤਰੀ ਸਾਹਿਬ ਪ੍ਰਸਤਾਵ ਕਰਨ ਕਿ ਇਹਦਾ ਵਿਰੋਧ ਕਰਨ ਦਾ ਇਸ ਆਰਡੀਨੈਂਸ ਦਾ ਹਿਮਾਚਲ ਪ੍ਰਦੇਸ਼ ਦੇ ਇਸ ਆਰਡੀਨੈਂਸ ਦਾ ਵਿਰੋਧ ਕਰਨ ਦਾ ਜਿਹੜਾ ਮਤਾ ਹੈ ਉਹ ਆਇਆ ਉਹਨੂੰ ਸਰਬਸੰਮਤੀ ਨਾਲ ਪਾਸ ਕੀਤਾ ਜਾਵੇ ਸਾਰੀਆਂ ਪਾਰਟੀਆਂ ਨੇ ਆਪਣਾ ਸਹਿਮਤੀ ਦਿਖਾਈ ਹੈ ਔਰ ਇਹ ਅੱਛੀ ਗੱਲ ਹੈ ਕਿ ਅਜ ਤਿੰਨ ਚਾਰ ਮਤੇ ਇਦਾਂ ਦੇ ਆਏ ਨੇ ਜਿਹਦੇ ਤੇ ਤੁਹਾਨੂੰ ਨਾ ਪੁੱਛਣਾ ਹੀ ਨਹੀਂ ਪਿਆ ਕੱਲੀ ਹਾਂ ਨਾਲ ਹੀ ਸਰਨ ਲੱਗ ਗਿਆ ਜੇ ਹਾਂ ਨਾਲ ਹੀ ਸਰਨ ਲੱਗ ਜਾ ਆਪਣਾ ਪੰਜਾਬ ਬਹੁਤ ਰੱਖੀ ਕਰ ਜੂ ਏ ਧੰਨਵਾਦ ਤਾਜ਼ਾ ਅਪਡੇਟਸ ਵਾ ਬੜੀ ਖਬਰੋ ਕੇ ਲੇ ਸਬਸਕ੍ਰਾਈਬ ਕਰੇ ਅਧ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਣਾ ਨਾ ਭੂਲੇ